ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਅੱਜ ਆਪਾਂ ਜਾਣਾਂਗੇ ਪੰਨੂ ਸਾਹਿਬ ਕੋਲੋਂ ਕਿ ਦੇਸ਼ ਦੁਨੀਆ 'ਚ ਕੀ ਕੁਝ ਵਾਪਰ ਰਿਹਾ ਅਤੇ ਕੀ ਹੈ ਉਹਨਾਂ ਘਟਨਾਵਾਂ ਦੇ ਪਿੱਛੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ। ਜੀ ਸ਼ੁਕਰੀਆ ਪੰਨੂ ਸਾਹਿਬ। ਸਭ ਤੋਂ ਪਹਿਲਾਂ ਸਵਾਲ ਤਾਂ ਇਹੀ ਬਣਦਾ ਜੀ ਕਿ ਜਿਹੜਾ ਬੜੇ ਦੇਰ ਤੋਂ ਮਿਲਣੀ ਦੀ ਤਾਂਘ ਸੀਗੀ, ਫਾਈਨਲੀ ਕਹਿੰਦੇ ਜੱਫੀਆਂ ਪੈ ਗਈਆਂ, ਹੁਣ ਤਾਂ ਕਹਿੰਦੇ ਰੋਟੀ ਪਾਣੀ ਵੀ ਇਕੱਠਿਆਂ ਨੇ ਖਾਧਾ। ਮੈਂ ਗੱਲ ਕਰ ਰਿਹਾ ਕਿਮ ਜੋਂਗ ਉਨ ਦੀ ਅਤੇ ਨਾਲ ਆਪਣੇ ਟਰੰਪ ਸਾਹਿਬ ਦੀ ਮੁਲਾਕਾਤ ਹੋਈ ਹੈ ਸਿੰਗਾਪੁਰ ਦੇ ਵਿੱਚ। ਕੀ ਲੱਗਦਾ ਤੁਹਾਨੂੰ ਕਿ ਇਹਨਾਂ ਜੱਫੀਆਂ 'ਚੋਂ ਨਿਕਲੂਗਾ ਕੁਛ ਕਿ ਜਾਂ ਫਿਰ ਦੁਬਾਰਾ ਪਾਸਾ ਵੱਟ ਜਾਣਗੇ? ਦੇਖੋ, ਪਿਛਲਾ ਸਾਲ ਗੁਰਪ੍ਰੀਤ ਜੀ ਸਾਰੀ ਦੁਨੀਆ ਨੇ ਬੜੀ ਟੈਨਸ਼ਨ 'ਚ ਕੱਟਿਆ ਜੀ ਕਿ ਦੋ ਬੰਦੇ ਅਤੇ ਦੋਵੇਂ ਆਪ ਮਤੇ ਆ ਜੀ। ਆਪ ਮਤਾ ਉਹ ਹੁੰਦਾ ਜਿਹੜਾ ਮਨ ਦੀ ਮੌਤ ਜੋ ਮਨ 'ਚ ਆ ਗਿਆ ਕਰ ਦੇਵੇ। ਇੱਕ ਅਮਰੀਕਾ 'ਚ ਬੈਠਾ, ਦੂਸਰਾ ਉੱਤਰੀ ਕੋਰੀਆ 'ਚ ਬੈਠਾ। ਇੱਕ ਕਹਿੰਦਾ ਕਿ ਮੇਰੀ ਟੇਬਲ 'ਤੇ ਐਟਮ ਬੰਬ ਦਾ ਬਟਨ ਪਿਆ, ਜਦੋਂ ਮਰਜ਼ੀ ਦੱਬਾਂ ਅਤੇ ਤੇਰੇ ਦੇਸ਼ ਦੇ ਪੁਲਾਨੇ ਪੁਲਾਨੇ ਸ਼ਹਿਰ ਤਬਾਹ ਕਰ ਦੂੰ ਜੀ। ਦੂਜਾ ਕਹਿੰਦਾ ਤੂੰ ਤਾਂ ਟੇਬਲ ਤੱਕ ਜਾਣਾ, ਮੈਂ ਐਟਮ ਬੰਬ ਆਪਣੇ ਹੱਥ 'ਚ ਹੀ ਰੱਖਿਆ ਬਟਨ, ਜਦੋਂ ਮਰਜ਼ੀ ਦੱਬਦਿਆਂ ਤੇਰਾ ਸਾਰਾ ਦੇਸ਼ ਤਬਾਹ ਕਰ ਦੂੰ। ਇਹ ਤੋਂ ਸਾਰੀ ਦੁਨੀਆ ਚਿੰਤਾ 'ਚ ਸੀ ਜੀ ਕਿ ਇਹਨਾਂ ਦੋ ਜਣਾਂ ਦਾ ਟਕਰਾਅ ਜੇ ਕੋਈ ਖਤਰਨਾਕ ਮੋੜ ਲੈ ਗਿਆ ਤਾਂ ਦੋਵਾਂ ਦਾ ਨਹੀਂ ਸਾਰੀ ਦੁਨੀਆ ਦਾ ਨੁਕਸਾਨ ਹੋ ਸਕਦਾ ਜੀ। ਗੋਲੀ ਚੱਲਦੀ ਆ ਅਤੇ ਕਿਸੇ ਨਿਸ਼ਾਨੇ ਵੱਲ ਚੱਲਦੀ ਆ, ਨਿਸ਼ਾਨੇ 'ਤੇ ਮਾਰ ਕਰਦੀ ਜਾਂ ਖੁੰਝ ਜਾਂਦੀ ਆ। ਬੰਬ ਫਟਦਾ ਅਤੇ ਚਾਰਜ ਫਿਰ ਜਿੱਥੋਂ ਤੱਕ ਉਹਦੀ ਮਾਰ ਜਾਂਦੀ ਆ ਸਾਰਿਆਂ ਨੂੰ ਲਪੇਟ ਲੈਂਦਾ ਜੀ। ਅਤੇ ਐਟਮ ਬੰਬ ਤਾਂ ਜੋ ਕੁਝ ਕਰਦਾ ਉਹ 1945 'ਚ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਦੋ ਸ਼ਹਿਰਾਂ ਦੀ ਮਿਸਾਲ ਸਾਰੀ ਦੁਨੀਆ ਦੇ ਸਾਹਮਣੇ ਹੈਗੀ ਹੈਗੀ ਆ ਜੀ। ਇਹਨਾਂ ਦੋ ਜਣਿਆਂ ਨੇ ਸਾਰੀ ਦੁਨੀਆ ਸੁੱਕਣੇ ਪਏ ਸੀ, ਮੁੜ ਕੇ ਅਚਾਨਕ ਹਾਲਾਤ ਮੋੜਾ ਖਾ ਗਏ। ਵਿੰਟਰ ਓਲੰਪਿਕਸ ਆ ਗਈਆਂ ਦੱਖਣੀ ਕੋਰੀਆ 'ਚ, ਉਹਨਾਂ ਨੇ ਅਪੀਲ ਕਰਤੀ ਉੱਤਰੀ ਕੋਰੀਆ ਨੂੰ ਕਿ ਆ ਜਾ ਸ਼ਾਮਿਲ ਹੋ ਜਾ। ਉਹ ਸ਼ਾਮਿਲ ਹੋਣ ਲੱਗਾ ਅਤੇ ਮੁੜ ਕੇ ਸਲਾਹ ਬਣ ਗਈ ਸਾਂਝੀ ਟੀਮ ਬਣਾ ਲਈਏ। ਉਹਦੇ ਲਈ ਸਹਿਮਤੀ ਹੋਈ, ਫਿਰ ਦੋਵਾਂ ਦੇ ਰਾਸ਼ਟਰਪਤੀ ਆਪੋ 'ਚ ਮਿਲੇ, ਫਿਰ ਅਮਰੀਕਾ ਨਾਲ ਗੱਲਬਾਤ ਦਾ ਰਾਹ ਖੁੱਲ੍ਹ ਗਿਆ ਜੀ। ਇਹਦੇ ਵਿੱਚ ਦੋ ਤਿੰਨ ਬੰਦਿਆਂ ਨੇ ਰੋਲ ਅਦਾ ਕੀਤਾ ਚੁੱਪ ਚਪੀਤੇ। ਇੱਕ ਤਾਂ ਸਿੰਗਾਪੁਰ ਦਾ ਭਾਰਤੀ ਮੂਲ ਦਾ ਮੰਤਰੀ ਹੈ, ਅੱਛਾ ਜੀ, ਬਾਲਕ੍ਰਿਸ਼ਨ। ਇੱਕ ਦੱਖਣੀ ਕੋਰੀਆ 'ਚ ਹੈ, ਉਹ ਵੀ ਭਾਰਤੀ ਮੂਲ ਦਾ ਬੰਦਾ। ਤੀਸਰਾ ਬੰਦਾ ਕੋਈ ਅਮਰੀਕਾ 'ਚ ਹੈ ਜੀ, ਉਹ ਵੀ ਭਾਰਤੀ ਮੂਲ ਦਾ। ਹੁਣ ਇਹ ਨਹੀਂ ਕਿ ਅਸੀਂ ਆਪਣਾ ਭਾਂਡਾ ਸਲਾਉਣ ਵਾਸਤੇ ਆਖੀਏ ਕਿ ਭਾਰਤੀਆਂ ਨੇ ਰਾਹ ਖੋਲ੍ਹਤਾ। ਰਾਹ ਤਾਂ ਖੁੱਲ੍ਹਾ, ਜਿਹੜੇ ਉਹਨਾਂ ਬੰਦਿਆਂ ਨੇ ਕੰਮ ਕੀਤਾ ਉਹਨਾਂ ਇਸ ਕਰਕੇ ਨਹੀਂ ਕੀਤਾ ਕਿ ਉਹ ਭਾਰਤੀ ਮੂਲ ਦੇ ਜੀ, ਆਪਣੇ ਆਪਣੇ ਦੇਸ਼ ਦੇ ਪੱਖ ਤੋਂ ਕੀਤਾ। ਪਰ ਇਹ ਕ੍ਰੈਡਿਟ ਲੈਣ ਦੀਆਂ ਗੱਲਾਂ ਨੇ, ਗੱਲਬਾਤ ਹੋਣੀ ਸੀ। ਪਹਿਲਾਂ ਸੋਚਿਆ ਗਿਆ ਦੋ ਕੋਰੀਆ ਦੇ ਵਿਚਾਲੇ ਜਿਹੜਾ ਪਿੰਡ ਹੈ ਜਿੱਥੇ ਦੋਵਾਂ ਦੀ ਫੌਜ ਨਹੀਂ ਜਾਂਦੀ, ਸਾਂਝਾ ਪਿੰਡ ਹੈ, ਉੱਥੇ ਕਰ ਲਈਏ। ਮੁੜ ਕੇ ਸੋਚਿਆ ਇੱਥੇ ਟਰੰਪ ਸਾਹਿਬ ਨੂੰ ਆਉਣਾ ਹੋਰ ਤਰ੍ਹਾਂ ਲੱਗੂ। ਸਵਿਟਰਲੈਂਡ, ਸਵੀਡਨ ਵਗੈਰਾ ਫਲਾਣੇ ਫਲਾਣੇ ਦੇਸ਼ ਕਰਦਿਆਂ ਕਰਦਿਆਂ ਅਖੀਰ ਕਹਿੰਦੇ ਸਿੰਗਾਪੁਰ ਕਰ ਲਓ ਜੀ। ਸਿੰਗਾਪੁਰ ਇਸ ਕਰਕੇ ਕਿ ਉੱਥੇ ਦੋਵਾਂ ਧਿਰਾਂ ਦੀ ਅੰਬੈਸੀ ਹੈਗੀ ਹੈ ਅਤੇ ਸਿੰਗਾਪੁਰ ਦੇ ਦੋਵਾਂ ਨਾਲ ਸੰਬੰਧ ਵੀ ਚੰਗੇ ਜੀ। ਮੰਨ ਗਏ ਅਖੀਰਲੇ ਵਕਤ ਤੱਕ ਇਹ ਡਰ ਸੀ ਕਿ ਕੋਈ ਬਿੱਲੀ ਰਸਤਾ ਕੱਟ ਸਕਦੀ ਹੈ। ਡਰ ਇਸ ਕਰਕੇ ਵੀ ਹੈ ਕਿ ਇਹ ਸੁਪਰ ਪਾਵਰ ਦਾ ਕੋਈ ਮੁਖੀ ਹੋਵੇ, ਕੋਈ ਉੱਤਰੀ ਕੋਰੀਆ ਦੇ ਵਿੱਚ ਐਟਮੀ ਤਾਕਤ ਦਾ ਮੁਖੀ ਹੋਵੇ ਜੀ। ਆਖਿਰਕਾਰ ਹੈ ਤਾਂ ਬੰਦੇ ਹੀ ਆ। ਬੰਦਿਆਂ ਦੇ ਸਿਰ ਵਿੱਚ ਕੁਝ ਨਾ ਕੁਝ ਬੰਦਿਆਂ ਵਾਲੀਆਂ ਉਹ ਕਮਜ਼ੋਰੀਆਂ ਹੁੰਦੀਆਂ ਜਿਹੜੀਆਂ ਪਿੰਡ ਦੀ ਸੱਥ ਵਿੱਚ ਵੀ ਵੇਖੀਆਂ ਜਾਂਦੀਆਂ, ਪਾਰਲੀਮੈਂਟ ਵਿੱਚ ਤੂੰ ਤੂੰ ਮੈਂ ਕਰਦਿਆਂ ਵੀ ਵੇਖੀਆਂ ਜਾਂਦੀਆਂ ਅਤੇ ਇਸ ਪੱਧਰ 'ਤੇ ਵੀ ਵੇਖ ਸਕਦੇ ਹਾਂ ਜੀ। ਹਾਲੇ 3 ਦਿਨ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਸੰਮੇਲਨ ਹੋਇਆ ਜਿਹਦੇ 'ਚ G7 ਗਰੁੱਪ ਦੇ ਦੇਸ਼ਾਂ ਦੇ ਵਿਕਸਿਤ ਦੇਸ਼ਾਂ ਦੇ ਮੁਖੀ ਮਿਲੇ ਅਤੇ ਉੱਥੇ ਕਿਸੇ ਗੱਲ ਤੋਂ ਕੌੜ ਖਾ ਗਏ ਅਤੇ ਇੱਕ ਦੇਸ਼ ਦੇ ਮੁਖੀ ਨੇ ਜਦੋਂ ਡੋਨਲਡ ਟਰੰਪ ਨਾਲ ਹੱਥ ਮਿਲਾਇਆ ਜੀ ਅਤੇ ਉਹ ਹੱਥ ਇੰਨਾ ਘੁੱਟਿਆ ਉਹਨੇ, ਲੋਕ ਕਹਿੰਦੇ ਗੁੱਸੇ 'ਚ ਘੁੱਟਿਆ, ਕੁਝ ਲੋਕ ਕਹਿੰਦੇ ਨਹੀਂ ਗੁਰਮਜਸ਼ੀ 'ਚ ਘੁੱਟਿਆ। ਉਹਨੇ ਜਦੋਂ ਇੱਥੋਂ ਪਾਇਆ ਸੀ ਅਤੇ ਡੋਨਲਡ ਟਰੰਪ ਦੇ ਹੱਥ 'ਤੇ ਉਹਦੇ ਅੰਗੂਠੇ ਦੇ ਨਿਸ਼ਾਨ ਇੱਥੇ, ਕਹਿੰਦੇ ਜੀ ਉੱਦਾਂ ਹੀ ਛਪ ਗਿਆ। ਜੇ ਇਸ ਪੱਧਰ 'ਤੇ ਜਾ ਕੇ ਮੁਲਕਾਂ ਦੇ ਰਾਸ਼ਟਰਪਤੀ ਵੀ ਇਹ ਕੁਛ ਕਰ ਸਕਦੇ ਆ ਜੀ, ਅਤੇ ਇੱਥੇ ਡਰ ਸੀ ਕਿ ਪਤਾ ਨਹੀਂ ਦੋਵੇਂ ਆਪ ਮਤੇ ਜੇ ਬੰਦੇ ਵੇਲੇ ਦੇ ਵੇਲੇ ਵਿਦਕਣਾ ਜਾਂਦੇ ਹੋਣ। ਸ਼ੁਕਰ ਹੈ ਸਭ ਕੁਝ ਠੀਕ ਠਾਕ ਹੋਇਆ ਜੀ। ਅੱਜ ਸਵੇਰੇ ਜਦੋਂ ਅਸੀਂ ਲੋਕ ਅਜੇ ਸੁੱਤੇ ਉੱਠਦੇ ਪਏ ਸਾਂ, ਉਦੋਂ ਉੱਥੇ ਇਹ ਦੋਵੇਂ ਜਣੇ ਆਪੋ ਵਿੱਚ ਸਤੋਸਾ ਜਿਹੜਾ ਉਹਨਾਂ ਦਾ ਟਾਪੂ ਆ ਸਿੰਗਾਪੁਰ ਦਾ, ਉੱਥੇ ਮਿਲੇ ਆ ਜੀ। ਦੋਵਾਂ ਨੇ ਹੱਥ ਮਿਲਾਇਆ, ਫਿਰ ਦੋਵੇਂ ਇਕੱਠੇ ਇਸ ਤਰ੍ਹਾਂ ਤੁਰੇ ਜਿਵੇਂ ਫੌਜੀ ਪਰੇਡ ਕਰਦੇ ਨੇ। ਦੋਵੇਂ ਜਣੇ ਇਕੱਠੇ ਜਾ ਕੇ ਮੀਟਿੰਗ ਕਰਨ ਬੈਠੇ, ਦੋਵਾਂ ਦਾ ਕੋਈ ਹੋਰ ਵੱਖਰਾ ਬੰਦਾ ਨਹੀਂ ਨਾਲ ਬੈਠਾ, ਇੱਕ ਇੱਕ ਇੰਟਰਪ੍ਰੇਟਰ ਬੈਠਾ ਜਿਹੜਾ ਇੱਕ ਦੂਜੇ ਦੀ ਬੋਲੀ 'ਚ ਗੱਲ ਸਮਝਾ ਦੇ ਜੀ। 41 ਮਿੰਟ ਦੀ ਗੱਲਬਾਤ ਤੋਂ ਬਾਅਦ ਦੋਵੇਂ ਉੱਠ ਗਏ, ਫਿਰ ਦੋਵਾਂ ਦੇ ਡੈਲੀਗੇਸ਼ਨ ਮਿਲਣ ਲੱਗ ਪਏ
मीटिंग चलती रही, फिर दोबारा बैठे 90 मिनट की कहिंदे गलबात हुई, फिर लंच किया, लंच के मौके भी कहिंदे सारा कुछ ठीक ठाक है, शुक्र है जे इस तरह का कोई राह निकल आवे जी। सिंगापुर की सरकार कहिंदी है जी इन्हां दोवां की मीटिंग करवानी सानू $1 करोड़ के करीब पई है, पावा महंगा सौदा। अच्छा, पर वो ये कहिंदे सानू इस गल की खुशी है कि एक तो सारी दुनिया च यह सिग्नल चला गया कि सिंगापुर वो देश है जिथे कट्टर दुश्मन भी आके दोस्त बन के आपू च बैठ के गलबात कर सकते। दूसरा यह सिग्नल चला गया कि यह वो देश है जिथे इधरों कोई आवे उधरों आवे किसी नूं कोई खतरा नहीं जी, सब तो वध सुरक्षित है। तो तीसरा वो ये कहिंदे आ कि जे इन्हां दा कोई समझौता हो ही जांदा, उस समझौते तो बाद जदों भी उहदा जिक्र होगा हिस्टरी च ਇਹ ਆਇਆ ਕਰੇਗਾ ਕਿ ਇਤਿਹਾਸਿਕ ਸਮਝੌਤਾ ਸਿੰਗਾਪੁਰ 'ਚ ਜਾ ਕੇ ਹੋਇਆ ਸੀ। ਕਹਿੰਦੇ ਛੋਟੀ ਜਿਹੀ ਗੱਲ ਨਹੀਂ, ਸਾਡੇ ਵਾਸਤੇ ਬੜੀ ਵੱਡੀ ਮਾਣ ਵਾਲੀ ਗੱਲ ਹੈ ਕਿ ਦੁਨੀਆ ਦਾ ਇਸ ਪੱਧਰ ਦਾ ਸਮਝੌਤਾ ਜਾ ਕੇ ਅਖੀਰ ਨੂੰ ਸਾਡੇ ਕੋਲ ਸਿੰਗਾਪੁਰ 'ਚ ਹੁੰਦਾ ਪਿਆ। ਖੈਰ ਇਹ ਉਹਨਾਂ ਦੇ ਵਾਸਤੇ ਮਾਣ ਵਾਲੀ ਗੱਲ ਹੋਵੇਗੀ ਜੀ। ਬਾਕੀ ਦੁਨੀਆ ਦੀ ਚਿੰਤਾ ਇੱਕੋ ਗੱਲ ਵਿੱਚ ਸੀ ਕਿ ਦੋਵੇਂ ਜਣੇ ਬੈਠਣ ਕੋਈ ਰਾਹ ਕੱਢਣ। ਮੁੱਢਲੀ ਗੱਲਬਾਤ ਤੋਂ ਪਤਾ ਲੱਗਾ ਕਿ ਉੱਤਰੀ ਕੋਰੀਆ ਵਾਲੇ ਨੇ ਆਖਿਆ ਕਿ ਰੇੜਕਾ ਤਾਂ ਇਸੇ ਗੱਲ ਦਾ ਹੀ ਸੀਗਾ ਕਿ ਮੇਰੇ ਕੋਲ ਐਟਮ ਬੰਬ ਹੈ ਅਤੇ ਤੁਸੀਂ ਕਹਿੰਦੇ ਸੀ ਚੁੱਕਦੇ ਅਤੇ ਮੈਂ ਕਹਿੰਦਾ ਸੀ ਨਾ ਇਹ ਮੈਂ ਰੱਖਣਾ ਸਾਂਭ ਕੇ, ਰੱਖਣਾ ਕਿਹਦੇ ਲਈ ਸੀ? ਤੁਹਾਡੇ ਲਈ ਸੀ। ਹੁਣ ਗੱਲ ਤਾਂ ਸਮਝੌਤਾ ਕਰਨ ਦੀ ਆ, ਉਹ ਗੁੱਸੇਖੋਰ ਜੱਟ ਨੇ ਕਦੇ ਕੱਟਾ ਵੇਚਣਾ ਸੀ, ਕਿਸੇ ਨੇ ਪੁੱਛਿਆ ਕਿੰਨੇ ਪੈਸੇ ਲੈਣੇ ਆ, ਕਹਿੰਦਾ 10,000 ਰੁਪਈਆ। ਉਹ ਮੁੜਨ ਲੱਗਾ ਅਤੇ ਉਹ ਜਦੋਂ ਥੋੜ੍ਹਾ ਜਿਹਾ ਪਰੇ ਚਲਾ ਗਿਆ ਪਿੱਛੋਂ ਆਵਾਜ਼ ਮਾਰ ਕੇ ਕਹਿੰਦਾ ਗੱਲ ਸੁਣੋ, ਤੂੰ ਜੱਟ ਦਾ ਮੁੱਲ ਵੇਖਿਆ? ਜੱਟ ਦੀਆਂ ਛੋਟਾਂ ਨਹੀਂ ਵੇਖਿਆ, ਛੋਟਾਂ ਨਹੀਂ ਵੇਖੀਆਂ, ਚੱਲ 1-0 ਵਜਾਇਆ, ਗੱਲ ਕਰ 1,000 ਦਾ ਲਿਜਾਣਾ ਹੀ। ਉੱਤਰੀ ਕੋਰੀਆ ਵਾਲਿਆਂ ਨੇ ਵੀ ਇਸੇ ਤਰ੍ਹਾਂ ਕੀਤਾ ਕਿ ਪਹਿਲਾਂ ਦਬਕੇ ਅਤੇ ਦਬਕਾ ਠਾਹ ਦਬਕਾ ਮਾਰਦਾ ਰਿਹਾ, ਅਮਰੀਕਾ ਵਾਲਿਆਂ ਦੇ ਸ਼ਹਿਰਾਂ ਦੇ ਨਾਂ ਲੈ ਕੇ ਗਿਣਦਾ ਰਿਹਾ, ਮੈਂ ਫਲਾਨਾ ਸ਼ਹਿਰ ਨਹੀਂ ਛੱਡਣਾ, ਫਲਾਨਾ ਨਹੀਂ ਛੱਡਣਾ, ਫਲਾਨਾ ਨਹੀਂ ਛੱਡਣਾ, ਅਤੇ ਜਦੋਂ ਬੈਠਣ ਲੱਗੇ ਅਤੇ ਬੈਠਣ ਤੋਂ ਵੀ ਪਹਿਲਾਂ ਅੱਧੇ ਕੁ ਹਥਿਆਰ ਆਪਣੇ ਤਬਾਹ ਕਰਾਇਆ ਅਤੇ ਬਾਕੀ ਉਹਨੇ ਆਖਿਆ ਲੈ ਇਸੇ ਗੱਲ ਤੋਂ ਡਰੀ ਜਾਂਦੇ ਹਾਂ ਨਾ, ਭਲ ਕੇ ਖਤਮ। ਹੋਰ ਦੱਸੋ ਕੀ ਕਹਿੰਦੇ ਆ? ਅਤੇ ਮਤਲਬ ਕਦਬੁੱਤ ਤੋਂ ਵੀ ਦੋਵੇਂ ਮਿਲਦੇ ਜੁਲਦੇ ਸਰੀਰ ਨੇ, ਦੋਵੇਂ ਬੈਠੇ ਜਿਸ ਤਰ੍ਹਾਂ ਆਪਾਂ ਸੁੱਖ ਮੰਗੀਏ ਕਿ ਸਾਰਾ ਕੁਛ ਸਿਰੇ ਚੜ ਜੇ। ਉੱਦਾਂ ਟਰੰਪ ਸਾਹਿਬ ਆਏ ਸੀ 1 ਦਿਨ ਲਈ, ਪਰ ਆਉਣ ਲੱਗਿਆਂ ਉਹਨਾਂ ਪ੍ਰੋਗਰਾਮ ਬਣਾ ਲਿਆ ਸੀ ਕਿ ਮੈਂ 2 ਦਿਨ ਉੱਥੇ ਇਸ ਕਰਕੇ ਲੈ ਕੇ ਚੱਲਿਆ ਤਾਂ ਕਿ ਜੇ ਲੋੜ ਪਵੇ ਤਾਂ ਅਗਲੇ ਦਿਨ ਵੀ ਗੱਲਬਾਤ ਚੱਲਦੀ ਰਹਿ ਸਕੇ ਅਤੇ ਦੁਨੀਆ ਦੇ ਭਲੇ ਵਾਸਤੇ ਜੇ ਕੋਈ ਰਾਹ ਨਿਕਲਦਾ ਤਾਂ ਨਿਕਲ ਜਾਵੇ। ਇਸ ਵੇਲੇ ਦੁਨੀਆ ਦੇ 750 ਕਰੋੜ ਲੋਕਾਂ ਦੀਆਂ ਅੱਖਾਂ ਉਹਨਾਂ 'ਤੇ ਟਿੱਕੀਆਂ। ਬਿਲਕੁਲ ਸਹੀ, ਸੁੱਖ ਮੰਗੀਏ ਕਿ ਸਭ ਠੀਕ ਹੀ ਰਹੇਗਾ। ਚੱਲ ਵਾਕਿਆ ਤੁਸੀਂ ਵਧੀਆ ਗੱਲ ਕੀਤੀ ਸਿੰਗਾਪੁਰ ਵਾਲਿਆਂ ਦੀ। ਵੈਸੇ ਥਾਣੇ 'ਚ ਰਾਜੀਨਾਮਾ ਹੁੰਦਾ, ਇਹਦਾ ਮਤਲਬ ਉਹਨਾਂ ਦਾ ਰਾਜੀਨਾਮਾ ਸਿੰਗਾਪੁਰ ਜਾ ਕੇ ਹੋਇਆ। ਹਾਂ ਦੇਖੋ, ਇੱਕ ਵਾਰੀ ਸਿੰਘਾ ਸਿੰਘਾ ਹੋ ਜਾਏਗੀ। ਸੋ ਅਸੀਂ ਦੇਖਦੇ ਹਾਂ ਜੀ ਵੀ ਹੁਣ ਜੋ ਕੁਛ ਵੀ ਜੱਫੀਆਂ ਪਈਆਂ ਨੇ ਅੱਗੇ, ਚਲੋ ਦੁਨੀਆ ਦਾ ਭਲਾ ਜ਼ਰੂਰ ਕਰਨ। ਵੇਲਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪੰਨੂ ਸਾਹਿਬ, ਅਗਲੀ ਗੱਲ ਮੈਂ ਕਰਨ ਲੱਗਿਆ ਕਿ ਮੈਂ ਪ੍ਰਧਾਨ ਮੰਤਰੀ ਬਣਨਾ ਚਾਹਤਾ ਹੂੰ ਵਾਲੇ ਭਾਈ ਸਾਹਿਬ ਯਾਨੀ ਕਿ ਰਾਹੁਲ ਗਾਂਧੀ ਜੀ ਦੀ, ਉਹਨਾਂ ਦੇ ਕਹਿੰਦੇ ਕੋਈ ਮਾਣਾ ਨਹੀਂ ਕੇਸ ਕੀਤਾ RSS ਵਾਲਿਆਂ ਨੇ ਮਹਾਰਾਸ਼ਟਰ ਦੇ ਵਿੱਚ, ਅਤੇ ਪਹਿਲਾਂ ਤਾਂ ਐਂ ਲੱਗਦਾ ਸੀ ਵੀ ਸ਼ਾਇਦ ਭੱਜ ਜਾਣਗੇ, ਪਰ ਹੁਣ ਉਹਨਾਂ ਨੇ ਕਿਹਾ ਵੀ ਮੈਂ ਇਹ ਕੇਸ ਲੜੂੰਗਾ। ਕੇਸ ਕੀ ਆ ਅਤੇ ਬਣੂੰਗਾ ਕੀ? ਦੇਖੋ, ਅੱਜ ਜਦੋਂ ਡੋਨਲਡ ਟਰੰਪ ਅਤੇ ਕਿਮ ਜੋਂਗ ਸਿੰਗਾਪੁਰ 'ਚ ਮਿਲਦੇ ਪਏ ਸੀ ਜੀ, ਉਦੋਂ ਰਾਹੁਲ ਗਾਂਧੀ ਮਹਾਰਾਸ਼ਟਰ ਦੇ ਵਿੱਚ ਅਦਾਲਤ ਦੇ ਦਰਵਾਜ਼ੇ ਅੱਗੇ ਪਹੁੰਚ ਚੁੱਕਾ ਸੀ। ਉਹ ਕੱਲ੍ਹ ਸ਼ਾਮ ਦਾ ਉੱਥੇ ਚਲਾ ਗਿਆ ਸੀ, ਅਦਾਲਤ ਵਿੱਚ ਪੇਸ਼ੀ ਭੁਗਤਣ ਗਿਆ। ਇਹ ਕੇਸ ਕੋਈ ਤਾਜ਼ਾ ਨਹੀਂ ਹੋਇਆ ਜੀ, ਕਈਆਂ ਸਾਲਾਂ ਤੋਂ ਚੱਲਦਾ ਆ ਰਿਹਾ। ਰਾਹੁਲ ਗਾਂਧੀ ਨੇ ਉਦੋਂ ਉਹ ਕਾਂਗਰਸ ਦਾ ਪ੍ਰਧਾਨ ਨਹੀਂ ਸੀ ਹੁੰਦਾ, ਮੀਤ ਪ੍ਰਧਾਨ ਹੁੰਦਾ ਸੀ ਜੀ, ਉਹਦੀ ਮਾਤਾ ਪ੍ਰਧਾਨ ਸੀ। ਪਰ ਕੇਸ ਉਹਨਾਂ ਨੇ ਇਹਦੇ 'ਤੇ ਕੀਤਾ ਸੀ ਕਿਉਂਕਿ ਇਹਨੇ ਜਾ ਕੇ ਇੱਕ ਤਕਰੀਰ ਕੀਤੀ ਉੱਥੇ, ਜਿਹਦੇ 'ਚ ਉਹਨੇ ਆਖਿਆ ਕਿ ਮਹਾਤਮਾ ਗਾਂਧੀ ਦੇ ਕਤਲ ਵਿੱਚ RSS ਦਾ ਹੱਥ ਹੈ ਅਤੇ ਇਹ ਲੋਕ ਹੁਣ ਸੱਤਾ 'ਤੇ ਕਬਜ਼ਾ ਕਰਨ ਦੇ ਯਤਨ ਕਰਦੇ ਪਏ ਜੀ। RSS ਨੇ ਆਪ ਸਿੱਧੇ ਤੌਰ ਦੇ ਉੱਤੇ ਕੇਸ ਨਹੀਂ ਕੀਤਾ, ਉਹਨਾਂ ਦੇ ਇੱਕ ਵਰਕਰ ਨੇ ਇਹਦੇ ਉੱਤੇ ਕੇਸ ਕਰ ਦਿੱਤਾ ਕਿ ਕੀ ਇਹ ਸਾਬਤ ਕਰੇਗਾ ਕਿ RSS ਦਾ ਉਹਦੇ 'ਚ ਹੱਥ ਸੀ। ਜੇ ਸਾਬਤ ਨਹੀਂ ਕਰਦਾ, ਦੋ ਹੀ ਗੱਲਾਂ, ਜਾਂ ਇਹ ਮਾਫ਼ੀ ਮੰਗੇ ਜੀ, ਜਾਂ ਇਹ ਇੰਨਾ ਹਰਜ਼ਾਨਾ ਭਰੇ, ਜਾਂ ਇਹਨੂੰ ਸਜ਼ਾ ਦਿੱਤੀ ਜਾਵੇ, ਮੁਕੱਦਮਾ ਚੱਲੇਗਾ ਜੀ, ਇਹ ਆਵੇ ਅਦਾਲਤ ਵਿੱਚ ਆ ਕੇ ਸਾਬਤ ਕਰੇ। ਇਹਨੇ ਅਦਾਲਤ ਵਿੱਚ ਆਪਣੇ ਵਕੀਲ ਦੇ ਰਾਹੀਂ ਅਰਜ਼ੀ ਦੇ ਦਿੱਤੀ ਕਿ ਕੇਸ ਹੀ ਫਜ਼ੂਲ ਆ, ਜਿਨ੍ਹਾਂ ਦੇ ਖਿਲਾਫ਼ ਮੈਂ ਬੋਲਿਆ ਕਿ ਨਹੀਂ ਬੋਲਿਆ ਉਹਨਾਂ ਤਾਂ ਕੀਤਾ ਨਹੀਂ ਜੀ, ਇਹ ਬੰਦਾ ਕੇਸ ਕਰਨ ਵਾਲਾ ਕੌਣ ਆ? ਉਹਨੇ ਆਖਿਆ ਮੈਂ RSS ਵਰਕਰ ਹਾਂ। ਇਹਨੇ ਅਦਾਲਤ ਨੂੰ ਆਖਿਆ ਜੀ ਇਹ ਕੇਸ ਨਹੀਂ ਬਣਦਾ, ਇਹ ਕੇਸ ਰੱਦ ਕੀਤਾ ਜਾਵੇ ਜੀ। ਅਦਾਲਤ ਨੇ ਰੱਦ ਨਹੀਂ ਸੀ ਕੀਤਾ। ਅੱਛਾ ਜੀ,
ਇਹਦੇ ਬਾਅਦ ਇਹ ਸੈਸ਼ਨ ਕੋਰਟ ਵਿੱਚ ਚਲਾ ਗਿਆ। ਸੈਸ਼ਨ ਕੋਰਟ ਜਾ ਕੇ ਅਰਜ਼ੀ ਦਿੱਤੀ ਕਿ ਇਟਲੀ ਅਦਾਲਤ ਵਿੱਚ ਚੱਲਦਾ ਕੇਸ ਰੱਦ ਕੀਤਾ ਜਾਵੇ, ਇਹ ਕੇਸ ਨਹੀਂ ਬਣਨਾ। ਸਿਆਸੀ ਤਕਰੀਰ, ਅਦਾਲਤ ਨੇ ਆਖਿਆ ਕਿ ਦੋ ਹੀ ਗੱਲਾਂ ਨੇ, ਜਾਂ ਤੂੰ ਕਹਿ ਦੇ ਕਿ ਸਿਆਸੀ ਤਕਰੀਰ ਸੀ ਕਹਿਣ ਦੀ ਖਾਤਰ ਕਹਿ ਤੇ ਚਲੋ ਛੱਡੋ, ਜਾਂ ਫਿਰ ਜਾ ਕੇ ਕੇਸ ਭੁਗਤ ਲਾ, ਅਸੀਂ ਇਹ 'ਚ ਕੀ ਕਰ ਸਕਦੇ ਜੀ। ਇਹ ਹਾਈ ਕੋਰਟ ਚਲਾ ਗਿਆ। ਬਾਂਬੇ ਹਾਈ ਕੋਰਟ ਵਿੱਚ ਜਾ ਕੇ ਵੀ ਪਹਿਲਾਂ ਸਟੇਅ ਮਿਲਿਆ, ਫਿਰ ਸੁਣਵਾਈ ਹੋਈ, ਸੁਣਵਾਈ ਕਾਫੀ ਲੰਮੀ ਹੋਈ, ਅਤੇ ਕਾਫੀ ਲੰਮੀ ਸੁਣਵਾਈ ਤੋਂ ਬਾਅਦ ਇੱਦਾਂ ਹੋਇਆ, ਉਹਨਾਂ ਨੇ ਵੀ ਉਹ ਹੀ ਕਹਿਤਾ ਕਿ ਅਸੀਂ ਇਹਦੇ 'ਚ ਕੁਛ ਵੀ ਨਹੀਂ ਕਰ ਸਕਦੇ, ਕੇਸ ਤਾਂ ਅਜੇ ਮੁੱਢਲੇ ਪੜਾ ਤੇ ਜੀ, ਤੈਨੂੰ ਆਪਣਾ ਉੱਥੇ ਪੱਖ ਤਾਂ ਪੇਸ਼ ਕਰਨਾ ਪਊ, ਤੇਰੇ ਖਿਲਾਫ਼ ਇੱਕ ਕਾਰਵਾਈ ਹੁੰਦੀ ਪਈ। ਇਹ ਸੁਪਰੀਮ ਕੋਰਟ ਚਲਾ ਗਿਆ। ਅੱਛਾ ਜੀ, ਕੇਸ ਤੋਂ ਪਹਿਲਾਂ ਹੀ? ਹਾਂ, ਕੇਸ ਕਾ ਸਾਰੇ ਲੋਕ ਹੀ ਇੱਦਾਂ ਕਰਦੇ, ਜਿਨ੍ਹਾਂ ਕੋਲ ਚਾਰ ਪੈਸੇ ਹੁੰਦੇ ਹਨ ਜੀ ਜੀ, ਉਹ ਮੁਕੱਦਮਾ ਹੇਠਾਂ ਲੜਨ ਦੇ ਬਜਾਏ ਮੁਕੱਦਮੇ ਨੂੰ ਰੋਕਣ ਵਾਸਤੇ ਇੱਕ ਪੜਾਅ, ਦੂਜਾ ਪੜਾਅ, ਤੀਜਾ ਪੜਾਅ ਸੁਪਰੀਮ ਕੋਰਟ ਤੱਕ ਜਾਂਦੇ ਆ, ਤਾਂ ਕਿ ਜਿਹੜੇ 5-7 ਸਾਲ ਲੰਘਦੇ ਲੰਘਾ ਲਓ ਜੀ, ਬਾਅਦ 'ਚ ਵੇਖੀ ਜਾਓ। ਔਰ ਜਦੋਂ ਸੁਪਰੀਮ ਕੋਰਟ ਵਿੱਚ ਕੇਸ ਗਿਆ, ਉੱਥੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਕਈ ਪੇਸ਼ੀਆਂ ਹੋਏ। ਪੇਸ਼ੀਆਂ ਤੋਂ ਬਾਅਦ ਅਖੀਰ ਦੋਵਾਂ ਧਿਰਾਂ ਨੇ ਆਪੋ ਆਪਣਾ ਪੱਖ ਪੇਸ਼ ਕੀਤਾ, ਅਤੇ ਸੁਪਰੀਮ ਕੋਰਟ ਨੇ ਆਖਿਆ ਕਿ ਇਹਦੇ 'ਚ ਅਸੀਂ ਕੀ ਕਰ ਸਕਦੇ ਹਾਂ ਜੀ। ਇਹ 'ਚ ਸਿੱਧੀ ਜਿਹੀ ਗੱਲ ਹੈ, ਜਾਂ ਤਾਂ ਤੂੰ ਉੱਥੇ ਜਾ ਕੇ ਸਾਬਤ ਕਰ ਦੇ ਕਿ ਇਹ ਗੱਲ ਜਿਹੜੀ ਇਹ ਬੰਦਾ ਕਹਿੰਦਾ ਮੈਂ ਤਾਂ ਕਹੀ ਨਹੀਂ, ਜਾਂ ਤੂੰ ਸਾਬਤ ਕਰ ਦੇ ਕਿ ਮੈਂ ਕਹੀ ਆ ਅਤੇ ਮੈਂ ਠੀਕ ਕਹੀ ਆ ਜੀ, ਤਾਂ ਸਬੂਤ ਪੇਸ਼ ਕਰਦੇ ਕਿ ਆਹ ਗੱਲ ਆ ਠੀਕ ਕਹੀ, ਮੈਂ ਗਲਤ ਕੀ ਆ, ਜਾਂ ਫਿਰ ਤੂੰ ਮਾਫ਼ੀ ਮੰਗ ਲਾ। ਉਹਨਾਂ ਦਿਨਾਂ 'ਚ ਪਿਛਲੇ ਸਾਲ ਦੀ ਗੱਲ ਹੈ, ਤੁਹਾਨੂੰ ਯਾਦ ਹੋਵੇਗਾ, ਇੱਕ ਵਾਰੀ ਬੜਾ ਰੌਲਾ ਪਿਆ ਸੀ ਜੀ। ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਕਹਿ ਦਿੱਤਾ ਕਿ ਤੂੰ ਜਾ ਕੇ RSS ਦੇ ਵਰਕਰ ਤੋਂ ਮੁਆਫ਼ੀ ਮੰਗ ਲਾ। ਅਸਲ ਸੁਪਰੀਮ ਕੋਰਟ ਨੇ ਇਹ ਗੱਲ ਬਿਲਕੁਲ ਨਹੀਂ ਸੀ ਆਖੀ। ਅੱਛਾ ਜੀ, ਸੁਪਰੀਮ ਕੋਰਟ ਨੇ ਕਿਹਾ ਸੀ ਤਿੰਨ ਗੱਲਾਂ, ਜਾਂ ਤੂੰ ਸਾਬਤ ਕਰਕੇ ਮੈਂ ਇਹ ਗੱਲ ਨਹੀਂ ਕਹੀ, ਮੇਰੇ 'ਤੇ ਝੂਠਾ ਕੇਸ ਬਣਾਇਆ ਜਾ ਰਿਹਾ ਜੀ, ਜਾਂ ਤੂੰ ਸਾਬਤ ਕਰਕੇ ਮੈਂ ਗੱਲ ਕਹੀ ਹੈ ਤਾਂ ਸੱਚੀ ਕਹੀ ਹੈ, ਇਹ 'ਚ ਗਲਤ ਕੀ ਆਖਿਆ, ਬਿਲਕੁਲ ਤੇ ਮਾੜਾ ਨਹੀਂ ਕਹਦੀ ਹੈ, ਅਤੇ ਜਾਂ ਫਿਰ ਤੂੰ ਮਾਫ਼ੀ ਮੰਗ ਲਿਆ, ਹੋਰ ਕੀ ਹੋ ਸਕਦਾ, ਤਿੰਨਾਂ 'ਚੋਂ ਇੱਕ ਗੱਲ ਹੋ ਸਕਦੀ ਹੈ ਮੁਕੱਦਮਾ ਮੁਕਾਉਣ ਵਾਸਤੇ, ਅਸੀਂ ਇਹ 'ਚ ਕੋਈ ਨਹੀਂ ਕਰ ਸਕਦੇ ਜੀ। ਅਤੇ ਇਹ ਸਾਰੇ ਕੇਸਾਂ 'ਚ ਇਹੋ ਹੀ ਹੁੰਦਾ ਹੁੰਦਾ, ਹੋਰ ਕੋਈ ਤਰੀਕਾ ਨਹੀਂ ਹੁੰਦਾ। ਉੱਥੋਂ ਜਦੋਂ ਸੁਪਰੀਮ ਕੋਰਟ ਨੇ ਇਹ ਕਹਿਤਾ, ਅਤੇ ਰਾਹੁਲ ਗਾਂਧੀ ਦੇ ਵਕੀਲ ਨੇ ਆਖਿਆ ਜੀ ਫਿਰ ਇਹਨਾਂ ਗੱਲਾਂ ਨੂੰ ਤਾਂ ਅਸੀਂ ਜਾ ਕੇ ਕੇਸ ਲੜ ਦਾਂਗੇ, ਤੂੰ ਆਖਿਆ ਜਾਓ ਲੜ ਲਓ। ਫਿਰ ਰਾਹੁਲ ਗਾਂਧੀ ਗਿਆ, ਜਾ ਕੇ ਉੱਥੇ ਕਿਹਾ ਜੀ ਅਸੀਂ ਕੇਸ ਲੜਨ ਨੂੰ ਤਿਆਰ ਹਾਂ ਜੀ। ਹੁਣ ਕੇਸ ਲੜਨ ਵਾਸਤੇ ਮੁੱਢਲੇ ਪੜਾਅ ਦੇ ਉੱਤੇ ਅੱਜ ਉਹਦੀ ਪੇਸ਼ੀ ਹੋਈ ਹੈ ਜੀ। ਮਾਮਲਾ ਕੀ ਹੈ? ਇਹਨੇ ਤਕਰੀਰ ਕਰਦਿਆਂ ਕਹਿਤਾ ਕਿ ਮਹਾਤਮਾ ਗਾਂਧੀ ਦਾ ਕਤਲ RSS ਨੇ ਕਰਾਇਆ, ਜਾਂ ਇਹਦੇ ਨਾਲ ਮਿਲਦੇ ਜੁਲਦੇ ਕੁਛ ਲਫ਼ਜ਼ ਆਖੇ, ਹੁਣ ਸਹੀ ਲਫ਼ਜ਼ ਤਾਂ ਸਾਨੂੰ ਵੀ ਯਾਦ ਨਹੀਂ, ਬਹੁਤ ਦੇਰ ਹੋ ਗਈ ਹੈ। ਉਹਨਾਂ ਲਫ਼ਜ਼ਾਂ ਦੇ ਵਿੱਚ RSS ਵਾਲੇ ਕਹਿੰਦੇ ਸਾਡੇ 'ਤੇ ਦੋਸ਼ ਲਾਇਆ ਗਿਆ ਜੀ। ਇਹ ਕਹਿੰਦਾ ਨਥੂ ਰਾਮ ਗੋਡਸੇ ਨੇ ਕਤਲ ਕੀਤਾ ਕਿ ਨਹੀਂ ਕੀਤਾ ਮਹਾਤਮਾ ਗਾਂਧੀ ਦਾ, ਅਤੇ ਤੁਹਾਡਾ ਬੰਦਾ ਸੀ ਕਿ ਨਹੀਂ, ਤੁਹਾਡੇ ਨਾਲ ਉਹਦਾ ਕੋਈ ਸੰਬੰਧ ਸੀ ਕਿ ਨਹੀਂ। ਇੱਥੇ ਜਾ ਕੇ ਇੱਕ ਮਗੋੜਾ ਨਿਕਲਾਉਂਦਾ ਜੀ, ਨਥੂ ਰਾਮ ਗੋਡਸੇ ਦਾ RSS ਨਾਲ ਸੰਬੰਧ ਸੀ, ਪਰ ਨਥੂ ਰਾਮ ਗੋਡਸੇ RSS ਦਾ ਬੰਦਾ ਨਹੀਂ ਸੀ। ਇਹ ਦੋ ਗੱਲਾਂ ਨੇ ਸੰਬੰਧ ਇਸ ਕਰਕੇ ਕਿ ਪਹਿਲਾਂ ਉਹ RSS ਦੇ ਨਾਲ ਸੀਗਾ ਜੀ, ਜਦੋਂ ਉਹਨੇ ਕਤਲ ਕੀਤਾ ਉਹ ਤੋਂ ਪਹਿਲਾਂ RSS ਛੱਡ ਚੁੱਕਾ ਸੀ। ਹੁਣ ਉਹ ਪਹਿਲਾਂ ਉਹਦੇ ਨਾਲ ਸੰਬੰਧਿਤ ਰਿਹਾ, ਬਾਅਦ ਵਿੱਚ ਛੱਡ ਗਿਆ, ਫਿਰ ਉਹਨੇ ਕਤਲ ਕਰਤਾ ਜੀ, ਉਸ ਕਤਲ ਕੇਸ ਦੇ ਵਿੱਚ RSS ਦਾ ਵੀ ਜ਼ਿਕਰ ਆਉਂਦਾ ਰਿਹਾ। ਇੱਕ ਵਾਰੀ RSS 'ਤੇ ਪਾਬੰਦੀ ਵੀ ਲਾਈ ਗਈ, ਫਿਰ ਉਹ ਪਾਬੰਦੀ ਚੁੱਕੀ ਵੀ ਗਈ। ਇਹ ਬਹੁਤ ਕੁਝ ਹਿਸਟਰੀ 'ਚ ਇਸ ਤਰ੍ਹਾਂ ਦਾ ਹੁੰਦਾ ਰਿਹਾ ਜੀ। ਪਰ ਨਥੂ ਰਾਮ ਗੋਡਸੇ ਨੂੰ ਉਸ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਹੋ ਗਈ। ਉਹਦੇ ਤੋਂ ਬਾਅਦ ਉਹਦਾ ਸਕਾ ਭਰਾ ਗੋਪਾਲ ਗੋਡਸੇ ਉਹਦੇ ਨਾਲ ਸੀਗਾ ਉਸੇ ਕੇਸ 'ਚ ਜੀ, ਉਹਨੂੰ ਉਮਰ ਕੈਦ ਹੋ ਗਈ। ਉਮਰ ਕੈਦ ਦੇ ਬਜਾਏ ਉਹਨੂੰ ਕਾਫੀ ਲੰਮਾ ਸਮਾਂ, ਆਮ ਤੌਰ 'ਤੇ ਉਮਰ ਕੈਦ ਉਦੋਂ 20 ਸਾਲ ਗਿਣੀ ਜਾਂਦੀ ਸੀ ਜੀ, ਉਹਨੂੰ ਫਿਰ 20 ਨਹੀਂ ਵਾਹਵਾ ਲੰਮਾ ਸਮਾਂ ਜੇਲ੍ਹ 'ਚ ਗੁਜ਼ਾਰਨਾ ਪਿਆ। ਅਤੇ ਜਦੋਂ ਛੁੱਟ ਕੇ ਆ ਗਿਆ 1994 ਦੇ ਵਿੱਚ, ਮਹਾਰਾਸ਼ਟਰ 'ਚ ਪਹਿਲੀ ਵਾਰੀ ਸ਼ਿਵ ਸੈਨਾ ਅਤੇ ਭਾਜਪਾ ਦੀ ਸਾਂਝੀ ਸਰਕਾਰ ਬਣੀ ਜੀ। ਜਿਹੜੀ ਸ਼ਿਵ ਸੈਨਾ ਅਤੇ ਭਾਜਪਾ ਦੀ ਸਾਂਝੀ ਸਰਕਾਰ ਪਹਿਲੀ ਬਣੀ ਮਹਾਰਾਸ਼ਟਰ 'ਚ, ਅਤੇ ਇਹਨਾਂ ਦਾ ਸ਼ਿਵ ਸੈਨਾ ਵਾਲਿਆਂ ਦਾ ਮਨੋਹਰ ਜੋਸ਼ੀ ਹੁੰਦਾ ਸੀ ਮੁੱਖ ਮੰਤਰੀ ਜੀ। ਉਸ ਸਰਕਾਰ ਦੇ ਹੁੰਦਿਆਂ ਪੁਣੇ ਦੇ ਵਿੱਚ ਇੱਕ ਸਮਾਗਮ ਕਰਕੇ ਨਥੂ ਰਾਮ ਗੋਡਸੇ ਦੇ ਭਰਾ ਗੋਪਾਲ ਗੋਡਸੇ ਨੂੰ, ਜਿਹੜਾ ਮਹਾਤਮਾ ਗਾਂਧੀ ਦੇ ਕਤਲ ਕੇਸ ਵਿੱਚੋਂ ਛੁੱਟ ਕੇ ਆਇਆ ਸੀ ਜੀ, ਉਮਰ ਕੈਦ ਭੁਗਤ ਕੇ ਆਇਆ ਸੀ, ਉਹਦਾ ਬਹੁਤ ਵੱਡਾ ਸਨਮਾਨ ਸਮਾਗਮ ਕੀਤਾ ਗਿਆ। ਉਹ ਸਨਮਾਨ ਸਮਾਗਮ 'ਚ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਦੇ ਲੋਕ ਸ਼ਾਮਲ ਹੋਏ ਜੀ, ਅਤੇ ਉੱਥੇ ਕੀ ਕੁਝ ਆਖਿਆ ਗਿਆ, ਜਦੋਂ ਸਾਰੀ ਦੀ ਸਾਰੀ ਅਖਬਾਰਾਂ ਦੀ ਕਾਰਵਾਈ ਪੇਸ਼ ਹੋਊਗੀ ਜੀ। ਪਤਾ ਨਹੀਂ ਇਸ
ਮੁਕਦਮੇ ਦਾ ਉਦੋਂ ਜਾ ਕੇ ਕੀ ਮੋੜ ਆਉਣਾ, ਇਹਨੇ ਕਿਹੜੇ ਪਾਸੇ ਨੂੰ ਰਸਤਾ ਕੱਟ ਜਾਣਾ ਜੀ। ਪਰ ਇੱਕ ਵਾਰੀ ਨਹੀਂ, ਹਿਸਟਰੀ 'ਚ ਕਈ ਮੌਕਿਆਂ ਦੇ ਉੱਤੇ ਇਸ ਤਰ੍ਹਾਂ ਦੇ ਕੇਸ ਬਣਦੇ ਰਹੇ, ਟੁੱਟਦੇ ਰਹੇ। ਚਲੋ ਘੱਟੋ ਘੱਟ ਇੱਕ ਗੱਲ ਤਾਂ ਹੈਗੀ ਆ, ਅਰਵਿੰਦ ਕੇਜਰੀਵਾਲ ਵਾਂਗੂ ਕੇਸ ਲੜੇ ਬਿਨਾਂ ਮਾਫ਼ੀ ਮੰਗ ਕੇ ਤਾਂ ਪਾਸੇ ਨਹੀਂ ਨਾ ਹੋਇਆ, ਕੇਸ ਲੜਨ ਤੁਰ ਪਿਆ। ਬਿਲਕੁਲ ਸਹੀ। ਵੇਖੋ ਅੱਗੇ ਜਾ ਕੇ ਅਦਾਲਤੀ ਕਾਰਵਾਈ 'ਚ ਕੱਲ੍ਹ ਨੂੰ ਕੀ ਹੁੰਦਾ, ਪਰਸੋਂ ਨੂੰ ਕੀ ਹੁੰਦਾ, ਜੇ ਉੱਥੋਂ ਫਰਜ਼ ਕਰੋ ਦੇ ਖਿਲਾਫ਼ ਫੈਸਲਾ ਹੋ ਵੀ ਜਾਵੇ ਤਾਂ ਕੀ ਹੋਊਗਾ ਜੀ? ਉਹ ਹੇਠਲੇ ਪੱਧਰ ਦਾ ਇੱਕ ਫੈਸਲਾ ਉਹਨੂੰ ਇਹ ਜ਼ਿਲ੍ਹੇ ਦੀ ਅਦਾਲਤ ਵਿੱਚ ਜਾ ਕੇ ਕਰ ਦੇਗਾ ਜੀ। ਜ਼ਿਲ੍ਹੇ ਦੀ ਅਦਾਲਤ ਵਿੱਚ ਵੀ ਖਿਲਾਫ਼ ਹੋ ਜੇ, ਫਿਰ ਹਾਈ ਕੋਰਟ ਚੱਲ ਜਾਏਗਾ, ਹਾਈ ਕੋਰਟ 'ਚ ਵੀ ਖਿਲਾਫ਼ ਹੋ ਜੇ ਸੁਪਰੀਮ ਕੋਰਟ ਤੱਕ ਚੱਲ ਜਾਏਗਾ ਜੀ। ਕਿ ਇਹ 'ਚ ਕਰਦਿਆਂ ਕਰਾਉਂਦੇ 10 ਸਾਲ ਹੋਰ ਲੱਗ ਜਾਣਗੇ। ਇਹ ਹਿੰਦੁਸਤਾਨ ਦੀ ਮੁਕਦਮੇਬਾਜ਼ੀ ਬਹੁਤ ਵੱਡੀ ਆ। ਇੱਕ ਬੰਦੇ ਨੇ, ਦੋ ਸਰੀਕਾਂ ਨੇ ਆਪੋ 'ਚ ਪੰਜਾਬ ਦਿਆਂ ਨੇ ਲਾਹੌਰ 'ਚ ਮੁਕਦਮਾ ਸ਼ੁਰੂ ਕੀਤਾ ਸੀ, ਪਾਕਿਸਤਾਨ ਬਣ ਗਿਆ, ਉਹ ਇੱਥੇ ਆ ਗਏ ਜੀ। ਖਰੜ ਦੇ ਲਾਗਲੇ ਪਿੰਡਾਂ 'ਚ ਦੋਵਾਂ ਨੂੰ ਜ਼ਮੀਨ ਅਲਾਟ ਹੋ ਗਈ, ਮੁਕਦਮਾ ਫਿਰ ਚੱਲਦਾ ਰਿਹਾ। ਉਹ ਮੁਕਦਮਾ ਚੱਲਦਿਆਂ ਚੱਲਦਿਆਂ ਹਾਈ ਕੋਰਟ 72 ਸਾਲਾਂ ਬਾਅਦ ਜਾ ਕੇ ਮੁਕਦਮਾ ਉਦੋਂ ਖਾਰਜ ਹੋਇਆ ਜਦੋਂ ਭਾਰਤ ਆਜ਼ਾਦ ਹੋਏ ਨੂੰ ਅਤੇ ਪਾਕਿਸਤਾਨ ਬਣੇ ਨੂੰ ਵੀ ਤਕਰੀਬਨ 50 ਸਾਲ ਹੋ ਗਏ ਸੀ। ਇਹਦਾ ਮਤਲਬ 22-23 ਸਾਲ ਪਹਿਲਾਂ ਉੱਧਰ ਲੜ ਆਏ ਸੀ, ਮੁੜ ਕੇ ਇੱਥੇ ਆ ਕੇ ਲੜਦੇ ਰਹੇ। ਅਤੇ ਜੇ ਉਹ 72 ਸਾਲ ਚੱਲ ਸਕਦਾ, ਆ ਪਿਛਲੇ ਹਫ਼ਤੇ ਇੱਕ ਮੁਕਦਮਾ ਮੁੱਕਿਆ, ਸਿਰਫ 10 ਰੁਪਏ ਦੀ ਰੈਫਰੀ ਦਾ ਸੀ, 24 ਸਾਲ ਚੱਲਿਆ। ਅਤੇ ਜੇ 10 ਰੁਪਈਆਂ ਦਾ 24 ਸਾਲ ਚੱਲ ਸਕਦਾ, ਰਾਹੁਲ ਗਾਂਧੀ ਦਾ ਕਿਹੜਾ ਅੱਜ ਮੁੱਕ ਚੱਲਿਆ? ਕੋਈ ਗੱਲ ਨਾਲੇ ਸਿੱਧੂ ਸਾਹਿਬ ਨੇ ਹੌਸਲਾ ਦੇ ਦਿੱਤਾ ਹੋਣਾ ਨਾ ਵੀ 30 ਸਾਲ ਤਾਂ ਮੈਂ ਵੀ ਕੱਢ ਲਏ ਸੀ। ਸੋ ਵੇਲਾ ਇੱਕ ਬ੍ਰੇਕ ਦਾ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਤੁਹਾਨੂੰ ਸਭ ਅਗਲੀ ਗੱਲ ਕਰੀਏ ਤਾਂ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਦੀ ਸਿਹਤ ਕਾਫੀ ਦੇਰ ਤੋਂ ਢਿੱਲੀ ਸੀ, ਪਰ ਹੁਣ ਕਹਿੰਦੇ ਕਿ ਅਚਾਨਕ ਨਸਾਜ਼ ਹੋ ਗਈ ਜਿਹਦੇ ਕਰਕੇ ਏਮਸ ਉਹਨਾਂ ਨੂੰ ਭਰਤੀ ਕਰਵਾਇਆ ਗਿਆ। ਡਾਕਟਰਸ ਦਾ ਕਹਿੰਦੇ ਆ ਕਿ ਸ਼ਾਇਦ ਉਹਨਾਂ ਦੀ ਹਾਲਤ ਸਟੇਬਲ ਹੈ, ਕੋਈ ਤੁਸੀਂ ਉਹਦੇ 'ਤੇ ਅਪਡੇਟ ਕਰਨਾ ਚਾਹੋ? ਦੇਖੋ, ਵਾਜਪਾਈ ਸਾਹਿਬ ਦੀ ਉਮਰ ਇਸ ਵੇਲੇ 95 ਦੇ ਲਗਭਗ ਜੀ। ਮੈਂ ਲਗਭਗ ਇਸ ਕਰਕੇ ਕਹਿੰਦਾ ਕਿ ਅਸਲ 'ਚ ਉਮਰ ਬਾਰੇ ਵੀ ਭੁਲੇਖਾ ਉਦੋਂ ਪੈ ਗਿਆ ਸੀ ਜਦੋਂ ਇਹ ਦੂਸਰੀ ਵਾਰੀ ਪੱਕੇ ਪ੍ਰਧਾਨ ਮੰਤਰੀ ਬਣੇ ਜੀ। ਪਹਿਲਾਂ ਤਾਂ 3 ਦਿਨਾਂ ਵਾਸਤੇ ਕੱਚੇ ਬਣੇ ਸੀ, 13 ਦਿਨਾਂ ਬਾਅਦ ਭਰੋਸੇ ਦਾ ਵੋਟ ਨਾ ਲਿਆ ਗਿਆ ਅਤੇ ਅਸਤੀਫਾ ਦੇ ਗਏ। ਫਿਰ 1998 'ਚ ਜਦੋਂ ਇਹ ਪ੍ਰਧਾਨ ਮੰਤਰੀ ਬਣੇ ਜੀ, ਅਤੇ ਇਹਨਾਂ ਦੀ ਪਾਰਟੀ ਅਤੇ ਸਰਕਾਰ ਨੇ ਇਹਨਾਂ ਦਾ 75ਵਾਂ ਜਨਮ ਦਿਨ ਮਨਾਇਆ ਜੀ। ਉਹਨੂੰ ਸ਼ਾਇਦ ਪਲੈਟੀਨਮ ਜੁਬਲੀ ਕਹਿੰਦੇ ਆ। ਅਗਲਾ ਸਾਲ ਹੋਇਆ 99 ਅਤੇ ਫਿਰ 75ਵਾਂ ਮਨਾਤਾ। ਲੋਕ ਕਹਿੰਦੇ ਉਹ ਤਾਂ ਪਿਛਲੇ ਸਾਲ ਸੀ, ਕਹਿੰਦੇ ਨਹੀਂ, ਪਿਛਲੇ ਸਾਲ 75ਵਾਂ ਸ਼ੁਰੂ ਹੋਇਆ ਸੀ, ਜਦੋਂ ਅਗਲਾ ਸਾਲ ਹੋਇਆ ਜੀ ਫਿਰ 75ਵਾਂ ਮਨਾਤਾ। ਅੱਛਾ ਜੀ। ਉਹ ਕਹਿੰਦੇ ਜੀ 75 ਦੇ ਉੱਤੇ ਉਮਰ ਖਲੋਤਾ ਨਹੀਂ ਗਈ, ਉਦੋਂ ਆਸਾ ਪੈਂਦਾ। ਕਹਿੰਦੇ ਸੀ ਕਿ ਡੇਟਸ ਵਿੱਚ ਕੁਝ ਭੁਲੇਖਾ ਪੈ ਰਿਹਾ। ਅੱਛਾ ਜੀ। ਵਾਜਪਾਈ ਸਾਹਿਬ ਆਪ ਰੰਗੀਲੇ ਸੁਭਾਅ ਦੇ, ਉਹ ਕਹਿੰਦੇ ਹੁੰਦੇ ਸੀ ਮੈਨੂੰ ਆਪਣੀ ਡੇਟ ਬਾਰੇ, ਆਪਣੇ ਪਰਿਵਾਰ ਬਾਰੇ। ਮੇਰੇ ਤਾਂ ਅਸੀਂ 4-5 ਭਰਾ ਸੀ, ਜਦੋਂ 3 ਹੋ ਗਏ, ਤਕਰੀਰ ਕਰਦੇ ਉਹਨਾਂ ਆਖਿਆ ਸੀ, ਮੇਰੇ ਬਾਪੂ ਜੀ ਨੇ ਆਖਿਆ ਇਹ ਨਹੀਂ ਚਾਹੀਦੇ, ਇੱਕ ਹੋਰ ਚੌਥਾ ਹੋ ਗਿਆ। ਕਹਿੰਦੇ ਉਹਨਾਂ ਨੇ ਆਖਿਆ ਸੱਚੇ ਪਾਤਸ਼ਾਹ, ਬਸ ਉਹ ਤੋਂ ਬਾਅਦ ਮੈਂ ਪੈਦਾ ਹੋ ਗਿਆ। ਉਹ ਕਹਿੰਦੇ ਟਲਿਆ ਨਹੀਂ, ਇਹਦਾ ਨਾਂ ਰੱਖ ਦਿਓ ਅਟਲ ਬਿਹਾਰੀ। ਵਾਜਪਾਈ ਸਾਹਿਬ ਮਜ਼ਾਕ ਕਰਨ ਲੱਗਾ, ਕਾਫੀ ਦੂਰ ਤੱਕ ਜਾਂਦੇ ਜੀ। ਕਵੀ ਬੰਦੇ ਆ। ਅੱਛਾ, ਕਵੀ ਬੰਦੇ ਆ, ਉਹਦੇ ਕੋਲ ਹਾਸ ਵਿਅੰਗ ਵੀ ਹੈਗਾ ਜੀ, ਸਿਰਫ ਤੱਤੀਆਂ ਤਕਰੀਰਾਂ ਨਹੀਂ ਗੀਆਂ। ਵਿਰੋਧੀਆਂ ਨੂੰ ਵੀ ਨਾਲ ਲੈਣਾ ਜਾਣਦਾ ਜੀ। ਕੋਈ ਬੰਦਾ ਉਹਦੇ ਨਾਲ 5 ਮਿੰਟ ਮੀਟਿੰਗ ਕਰ ਲਵੇ ਅਤੇ ਮੁੜ ਮੁੜ ਕੇ ਕਹਿੰਦਾ ਵਾਜਪਾਈ ਜੀ ਨੇ ਆਖਿਆ ਸੀ, ਉਹ 'ਚ ਪ੍ਰਭਾਵ ਪਾਉਣ ਦੀ ਕਲਾ ਹੈਗੀ ਆ ਜੀ। ਤਕਰੀਰ ਦਾ ਵੀ ਧਨੀ ਆ, ਤਹਿਰੀਰ ਦਾ ਵੀ ਆ, ਸਭ ਕੁਛ ਆ। ਲੋੜ ਪਵੇ ਕੌੜਾ ਵੀ ਹੋ ਸਕਦਾ, ਮਿੱਠਾ ਵੀ ਹੋ ਸਕਦਾ। ਇਸ ਵੇਲੇ ਖਾਣ ਪੀਣ ਦੇ ਸੁਭਾਅ ਵੱਲੋਂ ਵੀ ਇਹ ਆ ਕਿ ਕਰਾਰੀਆਂ ਚੀਜ਼ਾਂ ਡਾਕਟਰਾਂ ਦੇ ਰੋਕਣ ਦੇ ਬਾਵਜੂਦ ਖਾ ਲੈਂਦੇ ਸੀ ਜੀ, ਅਤੇ ਮਿੱਠਾ ਖਾਣ ਵਾਸਤੇ ਜਿਹੜੇ ਮਿੱਤਰ ਕੋਲੋਂ ਜਵਾਨੀ ਵੇਲੇ ਜਲੇਬੀਆਂ ਖਾਣ ਜਾਂਦੇ ਸੀ, ਪ੍ਰਧਾਨ ਮੰਤਰੀ ਹੁੰਦਿਆਂ ਵੀ ਇੱਕ ਵਾਰੀ ਉੱਥੇ ਚਲੇ ਗਏ, ਕਹਿੰਦੇ ਯਾਰ ਉਹਦੇ ਕੋਲ ਜਲੇਬੀਆਂ ਬੜੀਆਂ ਸਵਾਦ ਹੁੰਦੀਆਂ ਸੀ, ਮੈਂ ਤਾਂ ਅਡਵਾਨੀ ਖਾਂਦੇ ਹੁੰਦੇ ਸੀ। ਅੱਛਾ ਜੀ। ਅੱਛਾ, ਉਹ ਹੁਣ 95 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਦੇ ਕਦੇ ਸਰੀਰ ਨੂੰ ਇਹੋ ਜਿਹੀਆਂ ਕੁਝ ਪ੍ਰੋਬਲਮ ਆ ਜਾਂਦੀਆਂ ਨੇ। ਕੱਲ੍ਹ ਉਹਨਾਂ ਨੂੰ ਦਾਖਲ ਕਰਾਇਆ ਗਿਆ ਜੀ, ਕਹਿੰਦੇ ਆ ਕਿਡਨੀ ਦੀ ਵੀ ਪ੍ਰੋਬਲਮ ਹੈ, ਸਾਹ ਦੀ ਵੀ, ਇਸ ਤਰ੍ਹਾਂ ਦੀਆਂ 2-3 ਕਿਸਮ ਦੀਆਂ ਇਨਫੈਕਸ਼ਨਸ ਨੇ ਜੀ। ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਵਿੱਚ ਬਹੁਤ ਵਧੀਆ ਇਲਾਜ ਚੱਲਦਾ ਪਿਆ, ਪ੍ਰਧਾਨ ਮੰਤਰੀ ਸਾਹਿਬ ਵੇਖ ਆਏ, ਰਾਹੁਲ ਗਾਂਧੀ ਵੇਖ ਆਏ, ਲਾਲ ਕ੍ਰਿਸ਼ਨ ਅਡਵਾਨੀ। ਮੇਰਾ ਨਹੀਂ ਖਿਆਲ ਕਿ ਵਾਜਪਾਈ ਸਾਹਿਬ ਨੂੰ ਪਤਾ ਲੱਗਾ ਹੋਵੇ ਕਿ ਕੌਣ ਕੌਣ ਆਇਆ, ਕਿਉਂਕਿ ਜਿਹੜੀ ਅਵਸਥਾ 'ਚ ਨੇ ਨਾ ਜੀ, ਉੱਥੇ ਬਹੁਤਾ ਕੁਝ ਪਤਾ ਪਤਾ ਨਹੀਂ ਲੱਗਦਾ। ਉੱਥੇ ਤਾਂ ਇਹ ਹੈ ਕਿ ਡਾਕਟਰ ਆਉਂਦੇ ਆ ਅਤੇ ਚੈੱਕ ਕਰਕੇ ਤੁਰ ਜਾਂਦੇ, ਡਾਕਟਰ ਹੀ ਇਹਨਾਂ ਨੂੰ ਦੱਸਦੇ ਹੋਣਗੇ। ਡਾਕਟਰਾਂ ਨੇ ਹੀ ਬਾਕੀ ਦੇਸ਼ ਦੇ ਲੋਕਾਂ ਨੂੰ ਦੱਸਿਆ ਕਿ ਵਾਜਪਾਈ ਜੀ ਦੀ ਸਥਿਤੀ ਕੰਟਰੋਲ ਵਿੱਚ ਆ, ਸਿਹਤ ਉਹਨਾਂ ਦੀ ਕੰਟਰੋਲ 'ਚ ਆ। ਅੱਜ ਸਵੇਰ ਦਾ ਬੁਲੇਟਿਨ ਇਹ ਆ ਕਿ ਸੁਧਾਰ ਹੋ ਰਿਹਾ, ਜਿਨ੍ਹਾਂ ਦੇ ਸਿਆਸੀ ਮਤਭੇਦ ਵੀ ਆ ਜੀ ਜੀ, ਉਹ ਵੀ ਚਾਹੁਣਗੇ ਕਿ ਵਾਜਪਾਈ ਜੀ ਦੀ ਉਮਰ ਲੰਮੀ ਹੋਵੇ। ਠੀਕ ਆ, ਮਤਭੇਦ ਵੀ ਹੁੰਦੇ ਆ, ਪਰ ਉਸ ਬੰਦੇ ਨੇ ਸਾਰੀ ਉਮਰ ਸਮਾਜ ਦੀ ਆਪਣੇ ਢੰਗ ਨਾਲ ਸਹੀ ਸੇਵਾ ਤਾਂ ਕੀਤੀ ਹੈ। ਬਿਲਕੁਲ। ਇਸ ਕਰਕੇ ਸੁੱਖ ਮੰਗਣੀ ਚਾਹੀਦੀ ਹੈ ਕਿ ਉਮਰ ਲੰਮੀ ਹੋਵੇ।
ਸਿੱਪਨ ਸਾਹਿਬ, ਆਖਰੀ ਸਵਾਲ ਮੈਂ ਕਰਨਾ ਚਾਹੁੰਦਾ ਕਿ ਪੰਜਾਬ ਦੀ ਕੈਬਨਿਟ ਕਮੇਟੀ ਬਣਾਈ ਸੀ ਅਤੇ ਉਹਨੇ ਕਿਹਾ ਕਿ ਜਿਹੜੀਆਂ ਨਜਾਇਜ਼ ਉਸਾਰੀਆਂ ਦਾ ਰੌਲਾ ਬੜੀ ਦੇਰ ਤੋਂ ਪੈਂਦਾ, ਕਦੀ ਕਿਸੇ ਦੀ ਕੋਈ ਕੋਠੀ ਢਾਹਤੀ, ਕਿਸੇ ਦੀਆਂ ਦੁਕਾਨਾਂ ਢਾਹਤੀਆਂ, ਅਤੇ ਅਖੀਰੇ ਸਿੰਘ ਵਸਾ ਕੇ ਬਹਿ ਜਾਂਦੇ ਸੀ ਵੀ ਇਹ ਰਾਜਨੀਤਿਕ ਬਦਲਾਖੋਰੀ ਹੈ। ਹੁਣ ਉਹਨਾਂ ਨੇ ਕਿਹਾ ਵੀ ਢਾਓ ਨਾ ਕਿਸੇ ਦੀ ਵੀ ਕੋਈ ਕੋਠੀ ਦੁਕਾਨ, ਅਤੇ ਉਹਨੂੰ ਸਗੋਂ ਤੁਸੀਂ ਸੈਟਲ ਕਰ ਦਿਓ। ਇਸ ਫੈਸਲੇ ਨੂੰ ਕਿੱਦਾਂ ਦੇਖਦੇ ਹੋ? ਦੇਖੋ, 1961 'ਚ ਇੱਕ ਕਾਨੂੰਨ ਬਣਾਇਆ ਗਿਆ ਸੀ ਜੀ ਕਿ ਨਜਾਇਜ਼ ਉਸਾਰੀਆਂ ਨਹੀਂ ਹੋਣਗੀਆਂ। ਉਦੋਂ ਬਾਅਦ ਕੀ ਹੁੰਦਾ? 71-72 ਤੋਂ ਲੈ ਕੇ ਤਾਂ ਮੈਂ ਵੀ ਵੇਖਦਾ ਆ ਰਿਹਾ ਜੀ, ਪਿਛਲੇ 45 ਸਾਲ ਹੋ ਗਏ, 47 ਸਾਲ ਹੋ ਗਏ, ਹਰ ਚੋਣ ਤੋਂ ਪਹਿਲਾਂ ਸਰਕਾਰ ਇਹ ਕਹਿ ਦਿੰਦੀ ਹੈ ਕਿ ਭਾਵੇਂ ਅਸੀਂ ਆਖਿਆ ਸੀ ਕਿ ਰੈਗੂਲਰਾਈਜ਼ ਨਹੀਂ ਕਰਨੀਆਂ ਜੀ, ਪਰ ਜਿਹੜੇ ਲੋਕ ਨਜਾਇਜ਼ ਉਸਾਰੀਆਂ ਕਰ ਚੁੱਕੇ ਆ ਜਾਂ ਨਜਾਇਜ਼ ਕਲੋਨੀਆਂ ਕੱਟ ਚੁੱਕੇ ਆ ਜੀ, ਉਹਨਾਂ ਨੂੰ ਇੱਕ ਵਾਰ ਰੈਗੂਲਰਾਈਜ਼ ਕੀਤਾ ਜਾਂਦਾ, ਪਰ ਅੱਗੇ ਤੋਂ ਕੋਈ ਲਿਹਾਜ਼ ਨਹੀਂ ਕੀਤਾ ਜਾਣਾ। ਅੱਛਾ ਜੀ, ਨਵੀਂ ਸਰਕਾਰ ਬਣਦੀ, ਆਉਂਦਿਆਂ ਸਾਰੀ ਸਖਤੀ ਕਰਦੀ ਹੈ, ਬਿਲਕੁਲ ਨਹੀਂ ਬਣ ਦੇਣੀਆਂ, ਬਣੀ ਜਾਂਦੀਆਂ ਨੇ ਕਲੋਨੀਆਂ ਵੀ ਬਣੀ ਜਾਂਦੀਆਂ, ਉਸਾਰੀਆਂ ਵੀ ਹੋਈ ਜਾਂਦੀਆਂ ਜੀ। ਜਦੋਂ ਅਗਲੀਆਂ ਵੋਟਾਂ ਆਉਂਦੀਆਂ ਉਹ ਤੋਂ ਪਹਿਲਾਂ ਫਿਰ ਇੱਕ ਵਾਰੀ ਕਹਿ ਦਿੰਦੇ ਆ ਅਸੀਂ ਪਿਛਲੀਆਂ ਰੈਗੂਲਰਾਈਜ਼ ਕਰ ਦਿੰਦੇ ਹਾਂ, ਅੱਗੇ ਤੋਂ ਬਿਲਕੁਲ ਨਹੀਂ ਕਰਨ ਦੇਣੀਆਂ। ਜਦੋਂ ਇਹ ਨਜਾਇਜ਼ ਉਸਾਰੀਆਂ ਹੁੰਦੀਆਂ ਅਤੇ ਨਜਾਇਜ਼ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਜੀ, ਥੈਲੇ ਭਰ ਭਰ ਨੋਟਾਂ ਨਾਲ ਜਿਹੜੇ ਤਨਖਾਹ ਲੈਂਦੇ ਹਰ ਮਹੀਨੇ ਅਫਸਰ, ਉਹ ਕੀ ਕਰਦੇ? ਉਹ ਸੱਤੇ ਹੁੰਦੇ ਜੀ, ਕੋਈ ਅਬਲਾ ਫੇਲਾ ਕਿਸੇ ਨੂੰ ਚੈੱਕ ਨਹੀਂ ਕਰਦਾ, ਬਲਕਿ ਕਈ ਵਾਰੀ ਉਹ ਆਪ ਕਹਿੰਦੇ ਆ ਮੈਂ ਅੱਖ ਬਚਾ ਕੇ ਕੋਰਟ ਦੀ ਲੰਘ ਜੂੰ, ਤੂੰ ਆਪਣਾ ਕੰਮ ਕਰੀ ਚੱਲ। ਹੁਣ ਕੈਬਨਿਟ ਕਮੇਟੀ ਨੇ ਸਿਫਾਰਿਸ਼ ਕਰ ਦਿੱਤੀ ਆ ਕਿ ਜਿਹਨਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਉਸਾਰੀਆਂ ਕੀਤੀਆਂ ਨੇ ਜੀ, ਘਰ ਹੋਣ, ਦੁਕਾਨਾਂ ਹੋਣ, ਉਹ ਢਾਈਆਂ ਨਹੀਂ ਜਾਣਗੀਆਂ ਜੀ। ਚੰਗੀ ਗੱਲ, ਲੋਕਾਂ ਸਾਰਿਆਂ ਦੇ ਮਿਹਨਤ ਦੀ ਕਮਾਈ ਆ, ਲੱਗੀ ਆ, ਜਾਂ ਤਾਂ ਸਰਕਾਰ ਬਣਨ ਨਾ ਦੇਵੇ ਜੀ, ਜੇ ਬਣ ਗਈਆਂ ਤਾਂ ਇੱਦਾਂ ਜਾ ਕੇ ਢਾਉਣੀਆਂ ਨਹੀਂ ਚਾਹੀਦੀਆਂ। ਬਿਲਕੁਲ ਸਹੀ, ਅੱਗੇ ਤੋਂ ਜਿਹੜੀ ਗੱਲ ਆ ਉਹ ਇਹ ਕਿ ਕਰਨ ਨਾ ਦਿੱਤਾ ਜਾਵੇ, ਪਰ ਜਦੋਂ ਹੁੰਦਾ ਉਦੋਂ ਅਫਸਰ ਆਪ ਬਹੁਤੀ ਵਾਰੀ ਕਰਵਾਈ ਜਾਂਦੇ, ਕਰੀ ਚਲੋ ਯਾਰ ਕੁਛ ਨਹੀਂ ਹੁੰਦਾ, ਪਰ ਫਿਰ ਵੀ ਕੁਝ ਥਾਵਾਂ 'ਤੇ ਇਹਨਾਂ ਨੂੰ ਢਾਉਣੀਆਂ ਪੈ ਜਾਣੀਆਂ ਜੀ। ਮਿਸਾਲ ਦੇ ਤੌਰ 'ਤੇ ਸੜਕਾਂ ਦੇ ਕੰਢਿਆਂ ਦੇ ਉੱਤੇ ਕਿਸੇ ਨੇ ਨਜਾਇਜ਼ ਉਸਾਰੀਆਂ ਕੀਤੀਆਂ ਨੇ ਜੀ, ਕੱਲ੍ਹ ਨੂੰ ਸੜਕ ਵਧਾਉਣੀ ਪੈਂਦੀ ਆ, ਤਾਂ ਸੜਕ ਦੀ ਥਾਂ ਉਹ ਤਾਂ ਖਾਲੀ ਕਰਾਉਣੀ ਪੈ ਜਾਵੇਗੀ। ਬਿਲਕੁਲ ਸਹੀ, ਕਿਸੇ ਥਾਂ 'ਤੇ ਰੇਲਵੇ ਦੇ ਲਾਗੇ ਕਿਸੇ ਨੇ ਨਜਾਇਜ਼ ਉਸਾਰੀ ਕੀਤੀ ਹੈ, ਰੇਲਵੇ ਆਪਣੇ 2 ਸ਼ੈੱਡ ਹੋਰ ਬਣਾਉਣਾ ਚਾਹੁੰਦੀ ਹੈ, ਇੱਕ ਲਾਈਨ ਉਹਦੇ ਕੋਲ ਦੀ ਹੋਰ ਕੱਢਣਾ ਚਾਹੁੰਦੀ ਹੈ, ਜਾਂ ਉੱਥੇ ਕੋਈ ਵਰਕਸ਼ਾਪ ਬਣਾਉਣਾ ਚਾਹੁੰਦੀ, ਉਹ ਖਾਲੀ ਤਾਂ ਕਰਾਉਣੀ ਪਵੇਗੀ, ਢਾਉਣੀ ਪੈ ਸਕਦੀ। ਬਿਲਕੁਲ ਸਹੀ, ਇਹ ਸਾਰਿਆਂ ਦੇ ਉੱਤੇ ਫਾਰਮੂਲਾ ਲਾਗੂ ਨਹੀਂ ਹੋਣਾ, ਪਰ ਆਮ ਤੌਰ 'ਤੇ ਘਰਾਂ ਅਤੇ ਦੁਕਾਨਾਂ ਦੇ ਅੰਦਰ ਜਿਹੜੀਆਂ ਉਸਾਰੀਆਂ ਇੱਕ ਵਾਰ ਹੋ ਗਈਆਂ ਨੇ, ਜੇ ਰੈਗੂਲਰਾਈਜ਼ ਕਰਨੀਆਂ ਵੀ ਆ, ਅਤੇ ਅੱਗੇ ਤੋਂ ਇਹ ਪੱਕਾ ਪ੍ਰਬੰਧ ਕਰਨਾ ਚਾਹੀਦਾ ਕਿ ਇਹ ਕੋਈ ਕਰ ਨਾ ਸਕੇ, ਮੁੜ ਮੁੜ ਕੇ ਇਸ ਤਰ੍ਹਾਂ ਕਰਨਾ ਵੀ ਚੰਗਾ ਨਹੀਂ ਲੱਗਦਾ। ਹਾਂ, ਆਪਣਾ ਜਿਹੜੀਆਂ ਮਹਿਕਮੇ ਦੀਆਂ ਚਾਬੀਆਂ ਉਹ ਕੱਸਣੀਆਂ ਚਾਹੀਦੀਆਂ। ਬਿਲਕੁਲ ਸਹੀ ਗੱਲ, ਮਤਲਬ ਜਿਹੜੀ ਨੀਤ ਆ ਉਹਦੇ 'ਚ ਨੁਕਸ ਆ, ਨੀਤੀਆਂ ਦੇ ਵਿੱਚ ਤਾਂ ਹੈ ਨਹੀਂ ਯਾਦ ਦਾ ਬਹੁਤਾ, ਆਹ ਅਪਲਾਈ ਕਰਨ ਲੱਗਾ ਫਾਰਮੂਲਾ ਗਲਤ ਹੁੰਦਾ। ਹੁਣ ਸਾਹਿਬ ਤੁਸੀਂ ਵੇਲਾ ਕੱਢਿਆ ਅਤੇ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਫਿਲਹਾਲ ਦਿਓ ਇਜਾਜ਼ਤ ਗੁਰਪ੍ਰੀਤ ਸੰਧਾਵਾਲੀ ਨੂੰ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਪਲੇਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ, ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।